ਅਕਾਲ ਜੀ, ਮੇਰਾ ਨਾਮ ਕਰਮਜੀਤ ਆ, ਮੈਂ ਲੁਧਿਆਣੇ ਤੋਂ ਬਿਲੋਂਗ ਕਰਦੀ ਹਾਂ। ਮੈਂ ਮੋਟਾਪੇ ਤੋਂ ਬਹੁਤ ਪਰੇਸ਼ਾਨ ਸੀ, ਮੇਰੇ ਜੋੜਾਂ 'ਚ ਦਰਦ ਹੁੰਦਾ ਸੀਗਾ, ਮੈਨੂੰ ਬਹੁਤ ਤਕਲੀਫ ਸੀ। ਮੈਂ ਲੁਧਿਆਣੇ 'ਚ ਕੋਈ ਵੀ ਡਾਕਟਰ ਨਹੀਂ ਛੱਡਿਆ, ਅਤੇ ਮੈਨੂੰ ਫਿਰ ਮੋਗੇ ਸ਼ਹਿਰ 'ਚ ਵੀ ਦੱਸਿਆ ਡਾਕਟਰ ਨੇ, ਅਤੇ ਬਾਕੀ ਦੀ ਗੱਲ ਮੇਰੇ ਹਸਬੈਂਡ ਦੱਸ। ਸਤਿ ਸ਼੍ਰੀ ਅਕਾਲ ਜੀ, ਮੈਂ ਬਲਵੀਰ ਸਿੰਘ, ਮੇਰੇ ਘਰ ਵਾਲੀ ਕਰਜੀਤ ਕੌਰ, ਜਿਹੜੀ ਅਸੀਂ ਮਤਲਬ 4-5 ਸਾਲ ਤੋਂ ਸਾਰੇ ਡਾਕਟਰਾਂ ਦੇ ਕੋਲ ਗਏ, ਇਹਦੇ ਚੂਲੇ 'ਚ ਦਰਦ ਹੁੰਦਾ ਸੀ, ਰੀੜ੍ਹ ਦੀ ਹੱਡੀ ਦਰਦ, ਮੋਟਾਪੇ ਦੇ ਕਾਰਨ ਅਸੀਂ ਬਹੁਤ ਤੰਗ ਪਰੇਸ਼ਾਨ ਸੀ। ਸਾਨੂੰ ਅਸੀਂ ਫਿਰ ਐਡਵਾਈਜ਼ ਕਰਿਆ ਵੀ ਡਾਕਟਰ ਅਮਿਤ ਸੂਦ ਮੋਗੇ ਦੇ ਵਿੱਚ ਨੇ, ਤੁਸੀਂ ਉਹਨਾਂ ਨੂੰ ਇੱਕ ਵਾਰ ਚੈੱਕ ਕਰਵਾਓ। ਅਸੀਂ ਉਹਨਾਂ ਨੂੰ ਲੁਧਿਆਣੇ ਵਿੱਚ ਹੀ ਮਿਲੇ, ਉਹਨਾਂ ਦੀ ਸਲਾਹ ਲਈ। ਸਲਾਹ ਲੈਣ ਤੋਂ ਬਾਅਦ ਸਾਨੂੰ ਅਸੀਂ ਇੰਨੇ ਕੌਨਫੀਡੈਂਟ ਹੋ ਗਏ ਵੀ ਅਸੀਂ ਇਹਨਾਂ ਕੋਲੋਂ ਹੀ ਇਲਾਜ ਕਰਵਾਵਾਂਗੇ। ਫਿਰ ਅਸੀਂ ਇੱਥੇ ਮੋਗੇ ਆਏ, ਮੋਗੇ ਆ ਕੇ ਅਸੀਂ ਇਹਨਾਂ ਨੂੰ ਆਪਣੇ ਮੇਰੀ ਘਰਵਾਲੀ ਦਾ ਓਪਰੇਸ਼ਨ ਕੀਤਾ। ਅੱਜ 9 ਤਰੀਕ ਦਾ ਓਪਰੇਸ਼ਨ ਹੋਇਆ, ਅੱਜ 15 ਦਿਨ ਹੋਏ ਨੇ ਹਲੇ, ਅਤੇ ਮੇਰੇ ਘਰਵਾਲੀ ਬਿਲਕੁਲ ਅੱਛਾ ਫੀਲ ਕਰ ਰਹੀ ਹੈ, ਅਤੇ ਤੁਰਦੀ ਫਿਰਦੀ ਹੈ, ਅਤੇ ਖਾਣ ਪੀਣ ਲੱਗ ਗਈ ਹੈ, ਅਤੇ ਵੇਟ ਉਹਦਾ ਅੱਜ 14 ਦਿਨ ਦੇ ਵਿੱਚ 12 ਕਿਲੋ ਲੂਜ਼ ਹੋ ਗਿਆ। ਮੈਂ ਸਾਰਿਆਂ ਨੂੰ ਇਹ ਐਡਵਾਈਜ਼ ਕਰੂੰਗਾ ਵੀ ਅਗਰ ਤੁਹਾਨੂੰ ਕੋਈ ਮੋਟਾਪੇ ਤੋਂ ਜੋੜਾਂ 'ਚ ਦਰਦ ਹੈ, ਕੁਛ ਵੀ ਹੋ ਰਿਹਾ ਤੁਹਾਨੂੰ, ਤਾਂ ਤੁਸੀਂ ਪਲੀਜ਼ ਇੱਥੇ ਇੱਕ ਵਾਰ ਜ਼ਰੂਰ ਡਾਕਟਰ ਅਮਿਤ ਸੂਦ ਨੇ ਉਹਨਾਂ ਨੂੰ ਮਿਲੋ ਆ ਕੇ, ਔਰ ਤੁਹਾਨੂੰ ਮੈਂ ਕਹਿ ਰਿਹਾ ਵੀ 101% ਆਰਾਮ ਆਊਗਾ। ਬਾਕੀ ਹੋਰ ਮੈਂ ਬੜਾ ਕੁਛ ਨਹੀਂ ਕਹਿੰਦਾ, ਇੱਕ ਵਾਰ ਤੁਸੀਂ ਜ਼ਰੂਰ ਮਿਲੋ ਮੋਗੇ ਆ ਕੇ। ਜੈ ਹਿੰਦ, ਸਤਿ ਸ਼੍ਰੀ ਅਕਾਲ ਜੀ।